ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹੋਰ ਤੁਸੀਂ ਸਾਰੇ ਜਾਣੇ ਵਧੀਆ ਹੋਵੋਗੇ, ਸਾਰੇ ਜਾਣੇ ਬਹੁਤ ਵਧੀਆ। ਅਤੇ ਬੱਚਿਆਂ ਦੇ ਪੇਪਰ ਸੀ ਪੰਜਾਬੀ ਦੇ ਦੋਨਾਂ ਜਾਣਿਆਂ ਦਾ, ਮੈਂ ਕੱਲ੍ਹ ਵੀ ਪੜ੍ਹਾਤਾ ਸੀ, ਅੱਜ ਵੀ ਛੁੱਟੀ ਸੀ, ਸਾਰਾ ਦਿਨ ਪੜ੍ਹਾਤਾ ਮੈਂ, ਸਾਰਾ ਸਿਲੇਬਸ ਦੋਨਾਂ ਨੂੰ ਕਰਾਤਾ, ਗੁਰਮੇਹਰ ਮਹਾਵੀਰ ਨੂੰ ਸਾਰਾ ਸਿਲੇਬਸ ਉਹਨਾਂ ਦਾ ਹੋ ਗਿਆ। ਅਤੇ ਹੁਣ ਫ੍ਰੀ ਸੀ, ਮੈਂ ਕਿਹਾ ਤੁਸੀਂ ਟੈਸਟ ਵੀ ਉਹ ਕਰ ਲਓ, ਥੋੜ੍ਹੀ ਜਿਹੀ ਮੌਜ ਮਸਤੀ ਕਰ ਲਓ, ਚੱਲ ਮੈਂ ਕਿਹਾ ਵੀ ਨਾ ਪੜ੍ਹੀ ਜਾਂਦੇ ਹੋ ਕੱਲ੍ਹ ਦੇ, ਕਿਉਂਕਿ ਸਿਲੇਬਸ ਕਵਰ ਹੋ ਗਿਆ ਸਾਰਾ। ਅਤੇ ਹੁਣ ਅਸੀਂ ਪੇਪਰਾਂ ਕਰਕੇ ਸੌਰਵ ਦੇ ਘਰ ਨਹੀਂ ਸੀ ਗਏ, ਅਲਕਾ ਉਹਨਾਂ ਦੇ ਘਰ, ਅਤੇ ਅੱਜ ਗੇੜਾ ਕੱਢਿਆ ਆਵਾਂਗੇ, ਮਿਲੇ ਆ, ਜੇ ਘਰ ਹੋਏ ਤਾਂ ਘਰ ਹੋਣਗੇ ਅਤੇ ਮਿਲੇ ਆਵਾਂਗੇ, ਕਿਉਂਕਿ ਪੇਪਰਾਂ ਕਰਕੇ ਸਾਤੋਂ ਜਾ ਨਹੀਂ ਹੋਇਆ, ਇਹਨਾਂ ਦੇ ਸਿਰਹਾਣੇ ਬੈਠੇ ਰਹੇ ਬੱਚਿਆਂ ਦੇ। ਹੁਣ ਚੱਲੇ ਹਾਂ ਅਸੀਂ, ਟਾਈਮ ਹੋ ਗਿਆ ਸ਼ਾਮ ਦਾ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਅੱਜ ਤਾਂ ਸਰ ਬਰਥਡੇ ਬੁਆਏ ਕੋਲ ਆਇਆ ਜਨਮਦਿਨ ਵੀ ਹੈ ਸੌਰਵ ਦਾ। ਥੈਂਕ ਯੂ ਥੈਂਕ ਯੂ। ਆਜੋ ਚਲੋ 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 ਕਰੋ ਐਂਟਰ, ਮੈਂ ਵੀਡੀਓ ਬਣਾਉਣੀ ਹੈ। ਹਲਕਾ ਆ ਗਈ ਸੁੱਤੀ ਹੋਈ ਸੀ, ਨੀਂਦ ਖਰਾਬ ਕਰਤੀ ਲੱਗਦਾ। ਇੱਥੇ ਦਰਦ ਹੁੰਦਾ, ਇੱਥੇ ਇਹ ਸੋਚ ਜਾਂਦੀ ਆ ਕਦੇ ਠੀਕ ਹੋ ਜਾਂਦੀ ਆ। ਅੱਜ ਬੜੇ ਦਿਨਾਂ ਬਾਅਦ ਅੱਜ ਭਾਬੀ ਠੀਕ ਨੀ ਸੀ, ਠੀਕ ਨੀ ਹੈਗੀ, ਹਲੇ ਵੀ ਨੀ ਸੀ, ਨੀ ਹਲੇ ਵੀ ਠੀਕ ਨੀ ਹੈ। ਜਿੰਨੀ ਯੂਟਿਊਬ ਦੀ ਫੈਮਿਲੀ ਆ ਸਾਰਿਆਂ ਨੇ ਡੇਲੀ ਕਮੈਂਟ ਕੀਤੇ ਮੇਰੇ ਹੱਥਾਂ ਵਾਸਤੇ, ਕਦੇ ਤੁਸੀਂ ਉਹ ਪਤਾ ਲੈਣ ਨਹੀਂ ਗਏ ਨਾ ਮੈਨੂੰ ਫੋਨ ਕੀਤਾ, ਕਮੈਂਟ ਤਾਂ ਕੀਤੇ ਸੀ, ਡੇਲੀ ਕਮੈਂਟ ਆਉਂਦੇ ਸੀਗੇ ਵੀ ਕਿਵੇਂ, ਮੈਂ ਰੋਜ਼ ਭਾਈ ਨੂੰ ਪੁੱਛਦਾ ਲੱਗਦੀ ਸੀ, ਉਹ ਮੈਨੂੰ ਸਪੈਸ਼ਲ ਕਰਦੇ ਸੀ, ਤੁਸੀਂ ਮੈਨੂੰ ਅਪਡੇਟ ਦਿਓ, ਕਦੋਂ ਪੁੱਛਦਾ ਸੀ, ਝੂਠ ਬੋਲਿਆ ਨਾ, ਮੈਂ ਰੋਜ਼ ਭਾਈ ਨੂੰ ਪੁੱਛਦਾ, ਮੈਂ ਕਿਹਾ ਭਾਈ ਨਹੀਂ ਪੁੱਛਦਾ ਸੀਗਾ, ਮੈਨੂੰ ਮੇਰਾ ਨੰਬਰ ਹੈ ਤੇਰੇ ਕੋਲੇ, ਹਾਂ ਪੁੱਛੋ, ਮੇਰਾ ਨੰਬਰ ਹੈ ਨਹੀਂ, ਮੈਨੂੰ ਫੋਨ ਕਰਕੇ ਪੁੱਛਦੇ, ਸਹੀ ਗੱਲ ਹੈ, ਮੈਂ ਕਿਹਾ ਮੈਂ ਜਾਣੇ ਨੂੰ ਲੜਕੇ ਆਉਣੇ ਇਹਨਾਂ ਨੂੰ, ਬਸ ਵੀ ਬਿਜੀ ਬਿਜੀ ਸੀ ਭਾਬੀ ਕੀ ਕਰੀਏ, ਸਹੀ ਗੱਲ ਹੈ, ਪੂਰਾ ਉਹ ਭਾਜੀ ਆ ਗਈ ਵਿੱਚੇ, ਤੇ ਭਾਜੀ ਨੇ ਕੀ ਫੋਨ ਲਾਇਆ, ਭਾਬੀ ਨੇ ਫੋਨ ਕੀਤਾ ਨਾ ਤੁਹਾਨੂੰ, ਸਾਡੇ ਘਰ ਦੇ ਮੂਰਤ ਜਾਂਦਾ ਆਉਂਦਾ ਜਾਂਦਾ ਨੀ, ਅੱਜ ਵੀ ਬਿਜ਼ੀ ਸੀ ਨਾ ਤੁਹਾਡੇ ਨਾਲ ਜੀਐਮ ਦੀ, ਪਤਾ ਨੀ ਕੀ ਉਹ ਤੁਸੀਂ ਬਿਜ਼ੀ ਨੀ ਸੀ, ਜੋ ਜੀਐਮ ਦਾ ਕੋਈ ਪਕਵਾਨ ਬਣਾਉਣੇ, ਬਚ ਗਿਆ ਮੈਂ ਟਿਕਲੋ, ਤੇਰਾ ਇਲਾਜ ਕਰਾ ਯਾਰ, ਟੁੱਟਿਆ ਹੋਇਆ ਤੈਨੂੰ ਬਚਿਆ, ਇਹਦੇ ਚੂਹਾ ਹੀ ਵੜ ਗਿਆ ਤੇ ਇਹਦਾ ਇਲਾਜ ਨੀ ਕਰਾ ਸਕਦਾ ਹੈਗਾ ਬੰਦਾ, ਦਰਵਾਜ਼ਾ ਦੇ ਗਏ ਨੇ ਉਹ, ਗਰੀਬਾਂ ਨੇ ਟੁੱਟੇ ਦੀ ਚੀਜ਼ ਲੈਣੀ ਹੁੰਦੀ ਹੈਗੀ, ਹੈ ਗਰੀਬਾਂ ਨੇ, ਹਾਂ ਹਾਂ ਹੋਰ ਤੋਂ ਗਰੀਬ ਕਰਦੇ, ਮੈਨੂੰ ਗਰੀਬ ਤੋਂ ਗਰੀਬ ਕਰਦੇ, ਸਹੀ ਪਏ ਨੇ ਬਿਲਕੁਲ, ਵਧੀਆ ਨਿਕਲੇ ਨੇ, ਸੋਹਣੇ ਨੇ, ਅੱਜ ਸਵੇਰੇ ਵੀ ਇਹਦੇ ਗਾਲਾਂ ਪੈ ਗਾੜੀਆਂ ਨੇ, ਹੈ ਉੱਤੇ ਕੰਮ ਨਾ ਕਰੇਗਾ, ਚਾਹ ਧਰ ਕੇ ਭੁੱਲ ਜਾਣਾ ਮੁੜ ਕੇ,
ਯਾਰ ਚਾਹ ਸੱਚੀ ਮੈਂ ਰੱਖ ਕੇ ਭੁੱਲ ਗਿਆ ਸੀ ਤੇ ਚਾਹ ਸਾਰਾ ਬਲ ਗਿਆ ਮਤਲਬ ਪਾਣੀ ਸਾਰਾ ਖਤਮ ਹੋ ਗਿਆ ਹੁਣ ਲੈ ਕੇ ਆਇਆ ਪੀਜ਼ਾ ਲੈ ਕੇ ਆਇਆ ਖਾਣ ਲਈ ਇੱਕ ਇੱਕ ਸਪਰਿੰਗ ਰੋਲ ਸਪਰਿੰਗ ਰੋਲ ਹਾਂਜੀ ਜ਼ਿਆਦਾ ਕੁਛ ਨਹੀਂ ਦੋ ਦੋ ਹੀ ਖਾਵਾਂਗੇ ਬਾਹਲੇ ਨਹੀਂ ਖਾਂਦੇ ਹੈਗੇ ਨਾਲ ਚਾਹ ਚੱਲ ਗਈ ਚਾਹ ਆ ਕਦੋਂ ਲਾਏ ਆਗੇ ਇਹ ਹੋ ਗਏ ਕਾਫੀ ਦਿਨ ਹੋ ਗਏ ਭਾਈ ਕਿਚਨ ਚ ਚਾਹ ਦੀ ਫਿਰਦਾ ਹੈ ਇਹ ਹਾਂਜੀ ਅੱਛਾ ਇਹਨਾਂ ਦੇ ਦੇਖੋ ਕਿੰਨਾ ਫਰਕ ਹੋ ਗਿਆ ਕੀ ਰੇਟ ਪਿਆ ਇਹ ਰੇਟ ਪੁੱਛਿਆ ਨਹੀਂ ਮੈਨੂੰ ਕਿੱਦਾਂ ਅਲਕਾ ਨੂੰ ਪਤਾ ਹੋਣਾ ਇਹ ਪਤਾ 15-20 ਰੁਪਏ ਪੀਸ ਹੁੰਦਾ ਨਾ ਅੱਛਾ ਕਵਰ ਕਰਾ ਦੇਣਾ ਬਾਈ ਇੱਥੇ ਲੱਕੜ ਦਾ ਕੰਮ ਕਰਾ ਕੇ ਲੋ ਜੀ ਬਹੁਤ ਬਹੁਤ ਧੰਨਵਾਦ ਟਿਊਸ਼ਨ ਕਰਨ ਗਈ ਅੱਜ ਕਰੀਮਾ ਸੁੱਤੀ ਰਹਿ ਗਈ ਰਾਤੀ ਲੇਟ ਆਏ ਨਾ ਹਾਂ ਕੱਲ੍ਹ ਗੋਇੰਦਵਾਲ ਸਾਹਿਬ ਗਏ ਸੀਗੇ ਮੱਥਾ ਟੇਕਣ ਇੱਥੋਂ ਵੀ ਲੇਟ ਗਏ ਕੱਲ੍ਹ ਸ਼ਾਮ ਨੂੰ 6:30 ਵਜੇ ਅਤੇ ਉੱਥੋਂ ਵੀ ਕਹਿੰਦੇ ਅਸੀਂ ਲੇਟ ਹੋ ਗਏ 11:30 ਵੱਜ ਗਏ ਘਰੇ ਬੰਦਿਆਂ ਨੂੰ ਇਹਨਾਂ ਨੂੰ ਕਹਿੰਦੇ ਸੰਗਤ ਬਹੁਤ ਸੀਗੀ ਰੌਣਕ ਲੱਗੀ ਸੀ ਸੜਕ 'ਤੇ ਕੋਈ ਡਰ ਜਾ ਨਹੀਂ ਅੱਛਾ ਮਤਲਬ ਸੜਕ ਬੜੀ ਦੁਨੀਆ ਸੀ ਸਾਨੂੰ 1 ਘੰਟਾ ਲੱਗ ਗਿਆ ਸੀ ਉਦੋਂ ਸਾਹਮਣੇ ਇੰਨਾ ਟ੍ਰੈਫਿਕ ਸੀ ਗੱਡੀ ਸਲੋ ਮੋਟਰਸਾਈਕਲ ਤੇ ਸੀ ਮੁੰਡੇ ਉਹ ਟਰੱਕ ਟਰੈਕਟਰ ਬੜੇ ਏਡਾ ਸੋਹਣਾ ਸਜਾਇਆ ਸੀ ਨਾ ਅੰਦਰ ਇਹਦਾ ਹੀ ਖਾਣਾ ਸਾਰਾ ਪਲੇਟਾਂ ਦੀ ਲੋੜ ਨਹੀਂ ਹੈਗੀ ਇੱਕ ਇੱਕ ਪੀਸ ਚੱਕੋ ਆਪਦਾ ਕੀ ਆ ਗਿਆ ਚੱਲ ਛੱਡ ਇਹਨੂੰ ਕੋਈ ਨੀ ਚੱਕ ਲੈ ਸਾਈਡ ਤੋਂ ਤੁਸੀਂ ਕਹਿੰਦਾ ਆਪਦਾ ਆਪਦਾ ਪੀਸ ਚੱਕ ਲਓ ਬਾਕੀ ਅਸੀਂ ਖਾ ਲਾਂਗੇ ਤੁਸੀਂ ਆਪਦਾ ਇੱਕ ਇੱਕ ਪੀਸ ਚੱਕ ਲਓ ਸਹੀ ਗੱਲ ਬਾਕੀ ਅਸੀਂ ਖਾ ਲਾਂਗੇ ਉਹ ਕਿੱਥੇ ਹੈ ਕੁੜੀ ਕੁੜੀ ਤੁਹਾਡੀ ਕਿੱਥੇ ਹੈ
ਤੇਰਾ ਪਲਿਆ ਸੀ ਉਹ ਇਹੋ ਜਿਹਾ ਨਹੀਂ ਸੀ ਹੈ ਨਾ ਇਹ ਸਵਾਦ ਆਪਣਾ ਵਧੀਆ ਨਹੀਂ ਸੀ ਆਪਾਂ ਲੈ ਨਹੀਂ ਕਰਨਾ ਆਪਾਂ ਨੂੰ ਕਿਤੋਂ ਵਧੀਆ ਦਿੰਦੇ ਹੀ ਨਹੀਂ ਹੈਗੇ ਮੈਂ 2:30 ਵਜੇ ਪਾ ਕੇ ਆਇਆ ਉੱਪਰ ਭਰ ਭਰ ਕੇ ਤੇ ਮਿੱਠਾ ਤਾਂ ਜ਼ਿਆਦਾ ਹੋਣਾ ਹੀ ਸੀ ਚਾਹ ਬਹੁਤ ਮਿੱਠਾ ਹੋ ਗਿਆ ਕਿਉਂਕਿ ਪਹਿਲਾਂ ਹਲਕਾ ਜਿਹਾ ਮਿੱਠਾ ਪਾਇਆ ਹੋਇਆ ਸੀ ਜਿੰਨੀ ਸੌਰੜੇ ਜਾ ਕੇ ਹੋਰ ਪਾਤੀ ਜਿੰਨੀ ਪਾਣੀ 'ਚ ਘੁਲ ਗਿਆ ਨਾ ਪਤਾ ਨਹੀਂ ਲੱਗਿਆ ਅਸਲ 'ਚ ਹਾਂ ਪਾਣੀ 'ਚ ਘੁਲ ਗਿਆ ਮੈਂ ਕਹਿੰਦਾ ਪਾਏ ਤੇ 2 ਚਮਚ 2.5 ਚਮਚ ਤੇ ਇੰਨਾ ਮਿੱਠਾ ਕਿੱਦਾਂ ਹੋ ਗਿਆ ਨਹੀਂ ਮਾਰੇ ਠੀਕ ਆ ਹੈ ਬਹਿ ਜਾ ਇਹਨੂੰ ਇਹਨੂੰ ਮਿਲਿਆ ਸੀ ਅੱਛਾ ਪੈਨਸਲ ਬਾਕਸ ਹਾਂ ਵਧੀਆ ਚੀਜ਼ ਆ ਹਾਂ ਬੜਾ ਸਮਾਨ ਆ ਇਹਦਾ ਉਹ ਤੇਰੀ ਕਿੰਨਾ ਸੋਹਣਾ ਗਿਫਟ ਆ ਮਾਮਾ ਲੈ ਕੇ ਆਇਆ ਹੁਣ ਨਹੀਂ ਹਾਂ ਭਾਈ ਨੂੰ ਪੈਸੇ ਦਿੱਤੇ ਅੱਛਾ ਨਾਰਾਜ਼ ਹੋ ਗਈ ਸੀ ਕਹਿੰਦੀ ਕੋਈ ਮੇਰੇ ਲਈ ਗਿਫਟ ਲੈ ਕੇ ਨਹੀਂ ਆਇਆ ਚੰਦੀ ਲੈ ਬਹੁਤ ਸੋਹਣਾ ਬਈ ਪੈਸੇ ਨਾਲ ਬੱਚੇ ਤੂੰ ਕਹਿੰਦੀ ਬੇਕਾਰ ਜਿਹਾ ਸਕੂਲ ਬੈਗ ਵਾਲੀ ਪੈਨਸਿਲ ਵਗੈਰਾ ਵਧੀਆ ਮਾਂ ਵੀ ਉਹਨਾਂ ਕੋਲ ਵੀ ਆ ਨਾ ਉਹਨਾਂ ਖਰਾਬ ਕਰ ਦਿੱਤੀ ਹਾਂਜੀ ਸਬਜ਼ੀ ਲੈਣ ਆ ਗਏ ਸੀਗੇ ਜੀ ਅਸੀਂ ਅਤੇ ਸੌਰਵ ਦੇ ਘਰੋਂ ਆ ਗਏ ਸੀਗੇ ਕਰਕੇ ਵੀ ਸਬਜ਼ੀ ਲੈਣ ਵੀ ਨਹੀਂ ਆਏ ਬੱਚੇ ਸਹੀ ਗੱਲ ਆ ਘਰ ਜਿਹੜੀ ਮੈਡਮ ਉਹਦੇ ਕੋਰੀ ਆ ਬਤਾਊ ਲਾ ਕੇ ਉਹ ਹੀ ਖਾ ਲਏ ਹਨਾ ਦਾਲ ਛੋਲੇ ਦਾਲ ਨਹੀਂ ਉਹ ਵੀ ਖਾਧੇ ਆ ਬਤਾਊ ਦੀ ਸਬਜ਼ੀ ਘਰੇ ਤੋਰੀਆਂ ਲੱਗਦੀਆਂ ਰਹੀਆਂ ਨੇ ਬਤਾਊ ਲੱਗੀ ਮੇਰੇ ਵੀ ਤੋਰੀਆਂ ਖਾਧੀਆਂ ਇੱਕ ਦਿਨ ਲੱਗਿਆ ਹੋਤਾ ਬਿਜ਼ੀ ਵਾਲੇ ਸੀ ਅਸੀਂ ਹਾਂਜੀ ਹੁਣ ਅਸੀਂ ਸੌਰਵ ਦੇ ਘਰੋਂ ਆ ਗਏ ਅਤੇ ਉੱਥੋਂ ਆਉਂਦੇ ਆਉਂਦੇ ਸਬਜ਼ੀ ਵੀ ਲਿਆਏ ਗੋਭੀ ਲਿਆਏ ਅਤੇ ਭਿੰਡੀਆਂ ਲਿਆਏ ਅਤੇ ਆਲੂ ਲਿਆਏ ਅਤੇ ਹੁਣ ਰੋਟੀ ਅਸੀਂ ਤਾਂ ਖਾਣੀ ਨਹੀਂ ਹੈਗੀ ਬੱਚਿਆਂ ਵਾਸਤੇ ਰੋਟੀ ਬਣਾਉਣੀ ਆ ਅਤੇ ਆਟਾ ਮੈਂ ਕਿਹਾ ਮੈਂ 2-3 ਦਿਨ ਕਦੇ ਹੋਰ ਨਹੀਂ ਗੁੰਨਦੀ ਹੈਗੀ ਰੈਸਟ ਕਰ ਲੈਂਦੀ ਹਾਂ ਰੋਟੀ ਮੈਂ ਪਕਾ ਦੂੰਗੀ ਅਤੇ ਇਹ ਕਹਿੰਦੇ ਵੀ ਆਟਾ ਮੈਂ ਗੁੰਨ ਦਿੰਦਾ ਥੋੜ੍ਹਾ ਜਿਹਾ ਹੁਣ ਆਟਾ ਇਹ ਗੁੰਨ ਦੇਣਗੇ ਅੱਜ ਥੋੜਾ ਲੈਣਾ ਥੋੜਾ ਉਹ ਚ
ਮੁਝੇ ਆਟਾ ਗੁੰਨਣ ਲੱਗਿਆ ਇਹ ਪਹਿਲੀ ਵਾਰੀ ਗੁੰਨਦੇ ਆ ਮੈਂ ਗੁੰਨਿਆ ਨਹੀਂ ਕਦੇ ਪਹਿਲੀ ਵਾਰੀ ਗੁੰਨ ਰਹੇ ਆ ਹੈਂ ਪਹਿਲੀ ਵਾਰੀ ਗੁੰਨ ਰਹੇ ਹੋ ਪਹਿਲੀ ਵਾਰੀ ਜੇ ਕਦੇ ਗੁੰਨੇ ਹੋਊਗਾ ਤਾਂ ਵਧੀਆ ਨਹੀਂ ਗੁੰਨਾਂਗੇ ਮੈਂ ਤਾਂ ਤੱਕ ਕਦੇ ਵੀ ਕਿਸੇ ਦੇ ਹੱਥ ਤੇ ਪੈਰ ਖਰਾਬ ਨਾ ਹੋਣ ਹਨਾ ਸਾਰਾ ਕੰਮ ਹੀ ਖੜ ਜਾਂਦਾ ਹੱਥਾਂ ਕਰਕੇ ਸਾਰਾ ਕੁਝ ਖੜ ਜਾਂਦਾ ਹੁਣ ਚਲ ਆਏ ਆ ਵੀ ਚੱਲ ਦੋ ਕੁ ਦਿਨ ਹੋਰ ਰੈਸਟ ਦਵਾ ਦਈਏ ਹੱਥ ਨੂੰ ਵੀ ਫਿਰ ਵੀ ਪ੍ਰੋਪਰ ਹਟ ਜਾਵੇ ਮੈਂ ਸੋਚਦਾ ਮਸ਼ੀਨ ਹੀ ਲਿਆਉਣੇ ਆਟਾ ਗੁੰਨਣ ਵਾਲੀ ਆਪਾਂ ਲਾ ਲਓ ਐਵੇਂ ਪੈਸੇ ਵੇਸਟ ਕਰਨੇ ਆ ਕਿੰਨੇ ਕੁ ਦੇ ਆਉਂਦੀ ਆ 12 15 ਇੱਕ ਤੂੰ ਜੀ ਹੱਥ ਵਾਲੀ ਆ ਜਾਂਦੀ ਆ ਕਰਨੀ ਕੀ ਆਪਾਂ ਜਦੋਂ ਹੱਥ ਠੀਕ ਨੇ ਆਪਾਂ ਹੱਥ ਨਾਲ ਮਿੰਟ ਲਾ ਦੇ ਲੈਣੀ ਨਹੀਂ ਆਪਾਂ ਪੈਸੇ ਨਹੀਂ ਵੇਸਟ ਕਰਨੇ ਹੈਗੇ ਉਹ 50 ਰੁਪਏ ਦੀ ਆਊਗਾ ਸਾਰੀ ਕਰਨੀ ਵੀ ਕਿੱਥੇ ਪਤਾ ਕੀ ਲੈ ਤਾਂ ਆਵਾਂਗੇ ਉੱਥੇ ਤੰਗੀ ਮਿਲੂ ਆਪਾਂ ਨੂੰ ਅਗਰ ਉਹ ਵਰਤਣਾ ਹੀ ਨਹੀਂ ਹੱਥ ਜਿਹੜਾ ਹੱਥ ਨਾਲ ਕੰਮ ਹੁੰਦਾ ਉਹ ਮਸ਼ੀਨਾਂ ਨਾਲ ਕਿੱਥੇ ਹੁੰਦਾ ਮੈਂ ਤੇ ਹਾਂ ਮੇਰੇ ਤਾਂ ਹੱਥ ਠੀਕ ਹੋ ਜਾਣਾ ਮੈਂ ਤਾਂ ਕੰਮ ਦੀ ਨੇਰੀ ਲਿਆ ਦੂੰ ਆਪਾਂ ਹੁਣ ਕੱਪੜੇ ਧੋਣ ਵਾਲੀ ਮਸ਼ੀਨ ਲੈਣੀ ਹੈਗੀ ਉਹ ਗੱਲ ਹੋਰ ਆ ਨਹੀਂ ਉਹ ਹੱਥ ਵਰਗੀ ਰੀਸ ਨਹੀਂ ਨਾ ਕਰਦੀ ਹੈਗੀ ਤੁਸੀਂ ਆਟਾ ਮੰਨ ਲਓ ਹੁਣ ਪਾਣੀ ਨਾ ਪਾਇਓ ਹਲੇ ਬਹੁਤ ਇਕੱਠਾ ਪਰਫੈਕਟ ਕਰ ਦੇਣਾ ਕੰਮ ਇਕੱਠਾ ਕਰੀ ਚੱਲੋ ਇਹਨੂੰ ਜੇ ਆਟਾ ਵਧੀਆ ਗਾਉਂਦਾ ਨਾ ਰੋਜ਼ ਤੁਸੀਂ ਹੁੰਨਿਆ ਕਰੋਗੇ ਫਿਰ ਪਾਣੀ ਪਾ ਦੇਣਾ ਮੈਂ ਮਾੜਾ ਉਹ ਦੇਖੇ ਜਵਾਕੀ ਕਰਦੇ ਦੇਖ ਕੇ ਆਇਓ ਜਵਾਕ ਦੇਖ ਕੇ ਆਇਓ ਕੀ ਕਰਦੇ ਆ ਬਸ ਪਾਣੀ ਨਾ ਪਾਇਓ ਪਾਣੀ ਬਹੁਤ ਆ ਪਾਣੀ ਪਰਫੈਕਟ ਪਾਇਆ ਮੈਂ ਪਹਿਲਾਂ ਹੀ ਮੈਂ ਜੇ ਕੀ ਕਹਿੰਦੇ ਹੁੰਦੇ ਨੇ ਉਹ ਕੀ ਕਹਿੰਦੇ ਹੁੰਦੇ ਨੇ ਕੀ ਕਹਿੰਦੇ ਹੁੰਦੇ ਨੇ ਉਹ ਗੱਲ ਜੀ ਹੈ ਕਹਿੰਦੇ ਸੀ ਜਿਵੇਂ ਕਹਿੰਦੇ ਤੁਸੀਂ ਕਹਿੰਦੇ ਘੋੜੀ ਜੇ ਚੜੇਗੀ ਘੋੜੀ ਚੜਦੇ ਤਾਂ ਦੇਖੇ ਆ ਉਹ ਗੱਲ ਆ ਜੇ ਕਦੇ ਆਟਾ ਗੁੰਨਿਆ ਰਹੇਗਾ ਤਾਂ ਗੁੰਨਦੇ ਤਾਂ ਦੇਖੇ ਹੀ ਰੋਜ਼ ਰੋਟੀ ਵੱਡੀ ਬਣੂ ਤਵੇ ਮਿਲਦੀ ਜੀ ਦੋ ਦੋ ਰੋਟੀਆਂ ਤਿੰਨ ਤਿੰਨ ਚਾਰ ਚਾਰ ਆ ਗਈਆਂ ਬਣਾ ਦੋ ਚਲਾ ਉਹ ਵੀ ਆਟਾ ਗੁੰਨਿਆ ਗਿਆ ਪਹਿਲੀ ਵਾਰ ਗੁੰਨਿਆ ਗਿਆ ਆਟਾ ਤੇ ਬਲਜਿੰਦਰ ਕਹਿੰਦੀ ਪੂਰਾ ਇੱਕ ਨੰਬਰ ਆਟਾ ਉਹ ਪੁਣਾ ਦੇ ਕੇ ਢੱਕ ਦਿੰਦੇ ਹਨਾ ਚਲੋ